कपूरथला के सिविल अस्पताल में एक बहुत ही दर्दनाक घटना हुई, जहां पे एक युवक जो कि जिसको हथकड़ियां लगी हुई थी, हमारी टीम ने जैसे उसको शूट करना शुरू किया और वह हमारी टीम की कैमरे के सामने ही अंतिम सांसें ले गया। उसके पिता हमारे साथ हैं जिनके सामने उनका पुत्र चला गया। क्या थी प्रॉब्लम, क्या थी दिक्कत, उनसे ही पूछते हैं। की नाम सी जी उदा? गौरवप्रीत सिंह। क्यों इतने लिया गया सिविल अस्पताल? इन्होंने चोरी जाके सीख किया भैया राजकुमार ने। हाँ ठीक है जी। तो राजकुमार ने झूठा ना लिया मेरे मुंडे का, मेरा मुंडा निर्दोष सी। इन्हों रिमांड से लिया इसी पुलिस? रिमांड ने दो दिन से रिमांड लिया, दो दिन का रिमांड लिया पुलिस ने। कई तरीक तो कई तरीक तक ये नहीं मैंने पता भाजी। कितों की पुलिस सी? जमशेर खास की, सदर थाने की। उन्होंने कुटिया इन्हों? बहुत कुटिया, ज्यादा कुटिया। हाँ उसके कटने की मौत हुई है। हाँ जोड़ा ई एस आई है ज एस एच ओ आदि वर्दी लिखी चाहिए तो मेक बाकी मैं तो थाना बना सवेर में। हाँ मैं उन्होंने जगह दाग नहीं देना अपने पुत। ठीक तो पहलों किन्ने चिर पहलों जेल च आ गया सी? नहीं भाजी अज पहला ही केस। अच्छा जेल आए सी अज? हजे पहला पहले का कोई भी केस नहीं था। नहीं हूँ जो जेल कदों आया सी इतने कदों भेजा सी इन्हों? इन्हों 10 तारीख में भेजा है। तो तुम इन्होंने पुलिस ने कदों इनफॉर्म किया कि बीमार है? मैं अज ही शामी 5 बजे इनफॉर्म किया। हाँ दिहाड़ी से गया दिहाड़ी तो मैं दिहाड़ी छड़ के बिचों आया। ਤੁਸੀਂ ਦਿਹਾੜੀ ਦਾ ਕੰਮ ਕਰਦੇ ਹੋ? ਕੀ ਕੰਮ? ਮੈਂ ਦਿਹਾੜੀ ਦਾ ਹਾਂ। ਮੇਰਾ ਲੇਬਰ ਕਾਰਡ ਬਣਿਆ ਹੋਇਆ। ਕੋਈ ਨਸ਼ੇ ਨੁਸ਼ੇ ਤਾਂ ਨਹੀਂ ਕਰਦਾ ਸੀਗਾ ਮੁੰਡਾ? ਨਸ਼ਾ ਕਰਦਾ ਸੀ ਭਾਈ। ਹਾਂ ਕਿਤਾ ਨਹੀਂ ਲਾਈ। ਅੱਛਾ ਤੇ ਹੁਣ ਜਦਾਂ ਇਹਦੀ ਮੌਤ ਹੋਈ ਤੁਸੀਂ ਮੰਨਦੇ ਹੋ ਕਿ ਪੁਲਿਸ ਨੇ ਕੁੱਟ ਕੇ ਮਾਰਿਆ ਇਹਨੂੰ? ਪੁਲਿਸ ਦੀ ਪੁਲਿਸ ਜ਼ਿੰਮੇਵਾਰ ਆ। ਹਾਂ ਤੁਹਾਡੇ ਸਾਹਮਣੇ ਹੁਣ ਕਿੱਥੇ ਲੈ ਕੇ ਚੱਲੇ ਸੀ ਇਹਨੂੰ? ਅਸੀਂ ਅੰਮ੍ਰਿਤਸਰ ਲੈ ਕੇ ਚੱਲੇ। ਮੇਰਾ ਮੁੰਡਾ ਸੀਗਾ ਭਾਈਏ ਨੇ ਟੁੱਲੂ ਪੰਪ ਕਿਤੇ ਦਿਹਾੜੀ ਲੱਗਾ ਸੀ, ਉਹਨੇ ਚੋਰੀ ਕਰ ਲਿਆ ਟੁੱਲੂ ਪੰਪ। ਟੁੱਲੂ ਪੰਪ ਚੋਰੀ ਕਰਕੇ ਇਹਨਾਂ ਦਾ ਨਾਂ ਵਿੱਚ ਲੈ ਤਾ, ਨਾਂ ਲੈ ਕੇ ਇਹਨਾਂ ਦਾ ਇਹ ਤਾਰੀ ਢਾਬੇ ਵਾਲਾ ਸਾਡੇ ਘਰ ਪੁਲਿਸ ਮੁਲਾਜ਼ਮ ਲੈ ਕੇ ਆਇਆ, ਤਾਰੀ ਉਹ ਬੰਦੇ ਦਾ ਨਾਂ ਆ। ਸਾਡੇ ਸਾਰੇ ਘਰ ਦੇ ਵਿੱਚ ਤਲਾਸ਼ੀ ਲਈ, ਮੋਬਾਈਲ 'ਤੇ ਸਾਰੇ ਵੀਡੀਓ ਬਣਾਉਂਦੇ ਗਏ ਤਾਂ ਸਾਰੇ ਲੈਟ ਮਾਰ ਕੇ ਦੇਖਦੇ ਰਹੇ ਮੁੰਡਾ ਕਿੱਥੇ ਮੁੰਡਾ ਕਿੱਥੇ। ਆਹ ਜਿਹੜੇ ਮੁੰਡੇ ਸਮੀਤ ਦਾ ਫੋਨ ਆਇਆ ਇਹਦੇ ਨਾਲ ਹੀ ਸ਼ਹਿਰ ਗਿਆ ਸੀ ਕੱਪੜੇ ਲੈਣ। ਹਾਏ ਮਰ ਗਈ। ਐਸ ਐਚ ਓ ਜੈਵ ਸਿੰਘ ਨੇ ਕੁੱਟਿਆ, 5 ਘੰਟੇ ਦਾ ਰਿਮਾਂਡ ਲਿਆ ਮੇਰੇ ਪੁੱਤ ਦਾ। ਇਹਨੂੰ 2 ਦਿਨ ਦੇ ਫੇਰ ਰਿਮਾਂਡ ਲੈ ਕੇ ਸੀ? ਹਾਂਜੀ ਪਹਿਲੋਂ ਇਹਨੇ ਕਹਤਾ ਇਹਨੇ 2 ਦਿਨ ਦਾ ਫੇਰ ਰਿਮਾਂਡ ਲੈ ਲਿਆ, ਦੋ ਦਿਨ 5 ਘੰਟੇ ਕੁੱਟਿਆ ਉਹਨੂੰ ਬਹੁਤ ਬੁਰੀ ਤਰ੍ਹਾਂ। ਟੋਲਟ ਵਾਲੀ ਥਾਂ ਉਹਦੀ ਸਾਰੀ ਪਾੜੀ ਪਈ ਆ। ਹਾਂਜੀ ਡੰਡੇ ਪਸਾ ਪਸਾ ਕੇ ਕੁੱਟਿਆ, ਲੱਤਾਂ ਬਹੁਤ ਕੁੱਟਿਆ, ਬਹੁਤ ਜ਼ਿਆਦਾ। ਹਾਂਜੀ ਅੰਦਰ ਡੰਡੇ ਮਾਰੇ, ਉਦਾਂ ਹੀ ਮੋਗਾ ਆ ਟੋਲਟ ਵਾਲੀ ਜਗ੍ਹਾ ਤੇ ਅਸੀਂ ਦੇਖ ਕੇ ਗਏ ਹੁਣ। ਹਾਂਜੀ ਹਾਲੇ ਤਾਂ ਅਸੀਂ ਆਏ ਹੁੰਦੇ ਤੇ ਇਹ ਅੰਮ੍ਰਿਤਸਰ ਲੈ ਕੇ ਚੱਲੇ ਸੀ, ਉਹਦੀਆਂ ਖਰੇ ਟੁੱਟਦੀਆਂ ਸੀ। ਉਹ ਤਾਂ ਹਾਏ ਮੰਮੀ ਵੀ ਨਹੀਂ ਕਿਹਾ ਮੈਨੂੰ ਤਾਂ ਇੱਕ ਵਾਰੀ ਵੀ। ਪੇਸ਼ੈਂਟ ਆਪਣਾ ਗੁਰਪ੍ਰੀਤ ਸਨ ਆਫ ਦਲਜੀਤ ਸੀਗਾ, ਆਪਣੇ ਕੋਲ ਐਡਮਿਟ ਸਵਾ ਮਤਲਬ 4 ਵਜੇ ਦੀ ਫਾਈਲ ਬਣੀ ਹੋਈ ਹੈ। ਠੀਕ ਹੈ ਜੀ। ਸਾਈਕੈਟ੍ਰਿਕ ਪੇਸ਼ੈਂਟ ਸੀਗਾ, ਆਪਣਾ ਐਜ਼ ਪਰ ਹਿਸਟਰੀ ਦੇ ਮਤਲਬ ਆਪਣਾ ਡਰੱਗ ਅਡਿਕਟ ਵੀ ਸੀਗਾ। ਹਾਂਜੀ ਅਤੇ ਡਿਊਰਿੰਗ ਦਾ ਕੋਰਸ ਆਫ ਟ੍ਰੀਟਮੈਂਟ ਉਹਦੀ ਐਕਸਪਾਇਰ ਹੋ ਗਿਆ ਪੇਸ਼ੈਂਟ। ਸਰ ਉਹਦੇ ਕੋਈ ਬੋਡੀ 'ਤੇ ਕੋਈ ਇਸ ਤਰ੍ਹਾਂ ਦੀ ਇੰਜਰੀ ਦਾ ਮਾਮਲਾ ਤੇ ਪੋਸਟਮਾਰਟਮ ਵਗੈਰਾ ਚੱਲ ਰਿਹਾ? ਠੀਕ ਹੈ। ਇਹ ਕੇਸ ਇਹ ਚੋਰੀ ਦਾ ਹੀ ਹੈ? ਕੈਦੀ ਆ, ਰੋਪੀ ਆ, ਇਹ ਹਵਾਲਾਤੀ ਆ? ਹਵਾਲਾਤੀ ਆ। ਕੀ ਪ੍ਰੋਬਲਮ ਹੋਈ ਇਹਨੂੰ? ਪ੍ਰੋਬਲਮ ਇਹਨੂੰ ਇਦਾਂ ਵੀ ਸਾਈਕੋਲੋਜੀ ਦਾ ਨਸ਼ੇ ਦਾ ਆਦੀ ਆ, ਸਾਈਕੋਲੋਜੀ ਦਾ ਨਸ਼ੇ ਦੇ ਕਰਕੇ ਤੋੜ ਜੀ ਆਦੀ ਤੇ ਨਾੜ ਨਹੀਂ ਕੋਈ ਲੱਭਦੀ ਡਾਕਟਰਾਂ ਨੂੰ। ਹਾਂ ਤੇ ਇਹਨਾਂ ਨੂੰ ਰੈਫਰ ਕਰਤਾ। ਅੰਮ੍ਰਿਤਸਰ ਰੈਫਰ ਕਰਤਾ? ਹਾਂਜੀ ਸਰ।